ਸਰਦਾਰ ਮਹਾਦੇਵ ਜਿਹੜੀ ਇਹ ਅੰਮ੍ਰਿਤਸਰ ਵਿੱਚ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਚਿੱਤਰ ਦਾ ਅਪਮਾਨ ਕੀਤਾ ਗਿਆ ਹੈ, ਪੁਤਲਾ ਸਾੜਿਆ ਗਿਆ ਹੈ, ਇਹ ਬਹੁਤ ਨਿੰਦਨੀਆ ਘਟਨਾ ਹੈ। ਪੰਜਾਬ ਦੇ ਵਿੱਚ ਸਾਡੇ ਸਾਰੇ ਸਮਾਜ ਰਲ ਮਿਲ ਕੇ ਰਹਿ ਰਹੇ ਆ, ਹਿੰਦੂ ਸਿੱਖ ਦਾ ਨਉ ਮਾਸ ਦਾ ਰਿਸ਼ਤਾ ਹੈ, ਸਾਡੇ ਸਾਰਿਆਂ ਦੀ ਪਰਿਵਾਰਾਂ ਦੀ ਆਪਸ 'ਚ ਭਾਈਚਾਰਕ ਸਾਂਝ ਹੈ, ਬਹੁਤ ਨਿੰਦਨੀਆ ਘਟਨਾ ਹੈ। ਪੰਜਾਬ ਸਰਕਾਰ ਨੂੰ ਇਹਦੇ 'ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ, ਇਹੋ ਜਿਹੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਜੇ ਉਹ ਨਹੀਂ ਦੇ ਸਕਦੇ ਤਾਂ ਹਿੰਦੂ ਸਮਾਜ ਤਿਆਰ ਹੈ, ਹਿੰਦੂ ਸਮਾਜ ਦੇ ਵਿੱਚ ਬਿਠਾਉਣ, ਸਾਡੇ ਨਾਲ ਵਿਚਾਰ ਵਟਾਂਦਰਾ ਕਰਨ। ਇਹ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲ ਪਏ ਨੇ? ਪ੍ਰਭੂ ਸ਼੍ਰੀ ਰਾਮ ਦਾ ਜੋ ਅਵਤਾਰ ਹੈ, ਜਿਹਨੂੰ ਅਸੀਂ ਸਾਰੇ ਆਪਣਾ ਇਸ਼ਟ ਮੰਨਦੇ ਹਾਂ, ਸਾਰੇ ਧਰਮ ਉਹਨਾਂ ਦਾ ਸਤਿਕਾਰ ਕਰਦੇ ਨੇ, ਪਰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਹ ਜੋ ਪੁਤਲਾ ਸਾੜਿਆ ਬਿਲਕੁਲ ਨਿੰਦਣੀ ਹੈ, ਇਹਦਾ ਜਵਾਬ ਅਸੀਂ ਇੱਟ ਦਾ ਪੱਥਰ ਨਾਲ ਦਾਂਗੇ। ਹਿੰਦੂ ਸਮਾਜ ਜਾਗਰਤ ਹੈ, ਹਿੰਦੂ ਸਮਾਜ ਸੁੱਤਾ ਹੋਇਆ ਨਹੀਂ ਹੈ, ਉਹਨਾਂ ਦੋਸ਼ੀਆਂ ਨੂੰ ਚੇਤਾਵਨੀ ਦੇ ਰਹੇ ਹਾਂ। ਸਰਕਾਰ ਨੇ ਕੋਈ ਸਮੇਂ ਸਿਰ ਕੋਈ ਐਕਸ਼ਨ ਨਾ ਲਿਆ ਤਾਂ ਤੁਸੀਂ ਕੀ ਕਰੋਗੇ ਫਿਰ ਇਸ ਤੋਂ ਬਾਅਦ? ਅਸੀਂ ਫਿਰ ਉਸ ਦਾ ਸੋਚਾਂਗੇ ਅੱਗੇ ਦੀ ਰਣਨੀਤੀ। ਸਾਡੇ ਸਾਰੇ ਆਗੂ ਸਾਹਿਬਾਨ ਬੈਠੇ ਨੇ। ਇਹ ਸੋਡਾ ਧਰਨਾ 'ਚ ਕਿਹੜੇ ਕਿਹੜੇ ਜਥੇਬੰਦੀਆਂ ਤੁਹਾਡੇ ਨਾਲ ਨੇ? ਸਾਡੇ ਸਾਰੀਆਂ ਹਿੰਦੂ ਸੰਗਠਨ ਜਿੰਨੇ ਨੇ ਸਾਰੇ ਬੈਠੇ ਨੇ। ਆਮ ਆਦਮੀ ਦੇ ਸਾਡੇ ਜੋ ਆਗੂ ਨੇ ਚੇਤਨ ਜੀ ਜੋੜਾ ਮਾਜਰਾ, ਉਹ ਵੀ ਸ਼ਮੂਲੀਅਤ ਕਰ ਰਹੇ ਨੇ। ਕਿਉਂ? ਇਹ ਪ੍ਰਭੂ ਸ਼੍ਰੀ ਰਾਮਚੰਦਰ ਇਕੱਲੇ ਸਾਡੇ ਨਹੀਂ ਸੀ, ਸਭ ਦੇ ਇਸ਼ਟ ਸੀ, ਸਭ ਦੇ ਅੰਦਰ ਭਾਵਨਾ ਹੈ, ਸਾਰੇ ਉਹਨਾਂ ਨੂੰ ਮੰਨਦੇ ਸੀ। ਪਰ ਇਹੋ ਜਿਹੜੇ ਸ਼ਰਾਰਤੀ ਤੱਤਵ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਇਹ ਹਿੰਦੂ ਸਮਾਜ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਅਸੀਂ ਉਹਨਾਂ ਦਾ ਜਵਾਬ ਜ਼ਰੂਰ ਦਾਂਗੇ।